ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਕਿਸਾਨ ਵੀਰੋ ਹੁਣ ਜਿਹੜੀ ਆ ਸਪਰੇਆਂ ਜਿਵੇਂ ਫਸਲ ਗੋਭ ਦੇ ਵਿੱਚ ਜਾਂ ਅਨਸਾਰੇ ਤੇ ਆ ਸਪਰੇਆਂ ਜਿਹੜੇ ਕਿਸਾਨ ਵੀਰ ਕਰ ਰਿਹਾ ਚਾਹੇ ਉਲੀ ਰੋਗ ਦੀ ਜਾਂ ਜਿਹੜੀ ਗੋਭ ਦੀ ਸੁੰਡੀ ਵਾਸਤੇ ਪੱਤਾ ਲਵੇਟ ਸੁੰਡੀ ਵਾਸਤੇ ਜਿੱਥੇ ਕਿਤੇ ਹੋਪਰ ਦਾ ਅਟੈਕ ਆ ਉਥੇ ਹੋਪਰ ਵਾਸਤੇ ਕਰ ਰਹੇ ਹੈਗੇ ਆ ਜਾਂ ਜਿਹੜੇ ਨਿਊਟਰੀਐਂਟ ਦੀ ਕੋਈ ਸਪਰੇ ਕਰ ਰਹੇ ਆ ਇੱਕ ਸਵਾਲ ਆ ਰਿਹਾ ਵਾਰ-ਵਾਰ ਕਿ ਸਪਰੇਅ ਕਰਨ ਤੋਂ ਅਗਲੇ ਦਿਨ ਜਿਹੜਾ ਹੈਗਾ ਪੱਤਿਆਂ ਦੇ ਉੱਤੇ ਸਾੜ ਨਜ਼ਰ ਆਉਂਦਾ। ਕਈ ਥਾਵਾਂ ਦੇ ਉੱਤੇ ਸਪੌਟਸ ਦੇ ਵਿੱਚ ਦੌਗੀਆਂ ਦੇ ਵਿੱਚ ਜਿਹੜਾ ਪੱਤਿਆਂ ਦੇ ਉੱਤੇ ਸਾੜ ਜਿਹੜਾ ਨਜ਼ਰ ਆਉਂਦਾ। ਜਾਂ ਕਈ ਕਿਸਾਨ ਵੀਰਾਂ ਨੇ ਮੈਨੂੰ ਫੋਟੋ ਭੇਜੀ ਉੱਥੇ ਇੱਕ ਸਾੜ ਜਿਹੜੇ ਉੱਤੋਂ ਪੱਤੇ ਆ ਜਿਹੜੇ ਉਹ ਲੋਕਾਂ ਜਣੀਆਂ ਉਹਨਾਂ ਦੀਆਂ ਉਹ ਸੜਦੀਆਂ। ਉਹਦਾ ਕਾਰਨ ਕੀ ਹੈ? ਕੀ ਆਪਾਂ ਸਾਵਧਾਨੀ ਵਰਤ ਸਕਦੇ ਹਾਂ ਉਹਦੇ ਬਾਰੇ ਡਿਟੇਲ ਜਿਹੜੇ 5 4 ਪੁਆਇੰਟ ਆ ਮੈਂ ਤੁਹਾਡੇ ਨਾਲ ਜਿਹੜੇ ਨੋਰਮਲ ਪੁਆਇੰਟ ਆ ਆਪਾਂ ਥੋੜੀ ਜਿਹੀ ਮਾਈਂਡ ਚ ਰੱਖਣੇ ਹੈਗੇ ਆ ਉਹਦੇ ਨਾਲ ਜਿਹੜੀ ਹੈਗੀ ਆਪਾਂ ਬਚਤ ਰੱਖ ਸਕਦੇ ਕਿਉਂਕਿ ਜੇ ਜ਼ਿਆਦਾ ਕਿਸਾਨ ਵੀਰੋਂ ਪੱਤਿਆਂ ਦੇ ਉੱਤੇ ਹੁਣ ਸਾੜ ਪਊ ਕਿਉਂਕਿ ਇਹ ਦੁਬਾਰ ਨਸਾਰਾ ਹੋਣਾ ਤੇ ਝੰਡੇ ਪੱਤੇ ਦੇ ਉੱਤੇ ਵੀ ਜੇ ਸਾੜ ਪੈ ਗਿਆ ਤਾਂ ਉਹਦੇ ਨਾਲ ਜਿਹੜੇ ਰਿਕਵਰੀ ਔਖੀ ਆ ਤੇ ਜਿਹੜਾ ਹੈਗਾ ਫਸਲ ਦੇਖਣ ਚ ਵੀ ਮਾੜੀ ਲੱਗਦੀ ਆ ਤੇ ਉਹਦੇ ਨਾਲ ਜਿਹੜਾ ਹੈਗਾ ਥੋੜਾ ਬਹੁਤ ਆ ਜਿਹੜਾ ਫਸਲ ਦੇ ਪਰਫਾਰਮੈਂਸ ਤੇ ਅਸਰ ਪੈ ਸਕਦਾ ਹੈਗਾ ਸੋ ਜਿਹੜੇ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਆਰਟ ਬਟਨ ਦਬਾ ਲਓ ਤੇ ਇੱਕ ਬੇਨਤੀ ਹੋਰ ਹੈ ਕਿ ਵੀਡੀਓ ਪੂਰੀ ਸੁਣ ਲਿਆ ਕਰੋ ਕਿਸਾਨ ਵੀਰੋ ਤੇ ਪਲੱਸ ਜੇ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਜਿਹੜਾ ਹੋਰ ਕਿਸਾਨ ਵੀਰਾਂ ਤੱਕ ਜਿਹੜਾ ਮੈਸੇਜ ਪਹੁੰਚ ਜਾਵੇ ਤੇ ਮੈਨੂੰ ਵੀ ਤੁਹਾਡਾ ਫੀਡਬੈਕ ਮਿਲਦਾ ਰਹੇ ਸੋ ਜਿਹੜੇ 5-4 ਪੁਆਇੰਟ ਆ ਕਿ ਸਾਨੂੰ ਜਿਹੜਾ ਸਭ ਤੋਂ ਪਹਿਲਾ ਤਾਂ ਹੈਗਾ ਜਿਹੜੀਆਂ ਨੋਕਾਂ ਸੜਨੀਆਂ ਸਪਰੇਅ ਤੋਂ ਅਗਲੇ ਦਿਨ ਪਹਿਲਾ ਤਾਂ ਹੈਗਾ ਕਿ ਕਈ ਕਿਸਾਨ ਵੀਰ ਆ ਜਿਹੜੇ ਉਹ ਸਪਰੇਅ ਆ ਤਿੰਨ-ਤਿੰਨ ਚਾਰ-ਚਾਰ ਜਿਹੜੀਆਂ ਹੈਗੀਆਂ ਮਿਕਸ ਕਰਕੇ ਪੰਜ-ਪੰਜ ਸਪਰੇਅ ਮਿਕਸ ਕਰਕੇ ਪਾ ਰਹੇ ਉਹਦੇ ਵਿੱਚ ਕੀ ਪਾ ਰਹੇ ਆ ਉਲੀਨਾਸ਼ਕ ਪਾ ਰਹੇ ਆ ਉਹਦੇ ਵਿੱਚ ਕੀਟਨਾਸ਼ਕ ਪਾ ਰਹੇ ਆ ਉਹਦੇ ਵਿੱਚ ਜਿਹੜੀ ਤੇਲੇ ਵਾਲੀ ਹੌਪਰ ਵਾਲੀ ਵੀ ਉਹਦੇ ਵਿੱਚ ਮਿਕਸ ਕਰੀ ਜਾਂਦੇ ਫਿਰ ਉਹਦੇ ਨਾਲ ਨਿਊਟਰੀਐਂਟ ਪਾ ਰਹੇ ਆ ਜਾਇ 13-0-45 ਆ ਜਾਂ ਹੋਰ ਕੋਈ ਆ ਪਲੱਸ ਉਹ ਵਿੱਚ ਬੋਰਨ ਪਾ ਰਹੇ ਆ ਤੇ ਕਈ ਕਿਸਾਨ ਵੀ ਉਲੀ ਨਾਸ਼ਕ ਵੀ ਦੋ ਦੋ ਯਾਨੀ 4 ਤੋਂ 5 ਸਪਰੇਅ ਮਿਕਸ ਕਰਕੇ ਤੇ ਉਹਦੀ ਵੀ ਜਿਹੜੀ ਓਵਰਡੋਜ਼ ਜ਼ਿਆਦਾਤਰ ਕਿਸਾਨ ਵੀ ਕਰਦੇ ਹੋਂ ਨੈਟਿਵ ਉਹ ਦਵਾਈ ਧਾਰਨ ਦੇ ਤੌਰ ਤੇ 80 ਗ੍ਰਾਮ ਦੀ ਰეკਮੈਂਡੇਸ਼ਨ ਆ ਕਿਸਾਨ ਵੀਰ 150 ਗ੍ਰਾਮ ਤੱਕ ਪਾ ਰਹੇ ਆ ਸੋ ਗਲਤ ਆ ਓਵਰਡੋਜ਼ ਕਰਨੀ ਜਾਂ ਮਿਕਸ ਜ਼ਿਆਦਾ ਕਰਨਾ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਸੀ ਰਸ ਚੂਸਣ ਵਾਲੇ ਕੀੜਿਆਂ ਦਾ ਹੌਪਰ ਦਾ ਅਟੈਕ ਹਜੇ ਹਰ ਇੱਕ ਝੋਨੇ ਦੀ ਫਸਲ ਦੇ ਵਿੱਚ ਹੈ ਨਹੀਂਗਾ ਹਰ ਇੱਕ ਖੇਤ ਦੇ ਵਿੱਚ ਹੈ ਨਹੀਂਗਾ ਚੈੱਕ ਕਰ ਲਓ ਜੇ ਸਮੱਸਿਆ ਉਹਦੀ ਤਾਂ ਹੌਪਰ ਵਾਲੀ ਸਪਰੇ ਕਿਸਾਨ ਵੀਰੋ ਵੱਖਰੀ ਕਰੋ ਪਹਿਲੀ ਸਪਰੇ ਕਨਫੀਡੋਰ ਕਰੋ ਉਸ ਤੋਂ ਬਾਅਦ ਤੁਸੀਂ ਚੈਸ ਜਾਂ ਟੋਕਨ ਮਸ਼ੀਨ ਜਿਹੜੀ ਕਰਨੀ ਆ ਵੱਖਰੀ ਸਪਰੇ ਕਰੋ ਮਹਿੰਗੀ ਸਪਰੇ ਆ ਆਪਾਂ ਇੱਕ ਵਾਰੀ ਸਪਰੇ ਜੇ ਕਰ ਦਈਏ ਚੰਗੀ ਤਰ੍ਹਾਂ ਕਰੀਏ ਤਾਂ ਉਹਦੇ ਨਾਲ ਜਿਹੜਾ ਹੈਗਾ ਆਪਾਂ ਨੂੰ ਫਾਇਦਾ ਜ਼ਿਆਦਾ ਹੋਊਗਾ ਬਜਾਏ ਕਿ ਆਪਾਂ ਦੁਬਾਰਾ ਸਪਰੇ ਦੇ ਉੱਤੇ ਪੈਸੇ ਲਾਈਏ ਸੋ ਅੱਗੇ ਹੈ ਕਿਸਾਨ ਵੀਰੋ ਜਿਹੜੇ 13045 ਤੁਸੀਂ ਨਿਊਟਰੀਐਂਟ ਵਿੱਚ ਪਾਉਨੇ ਹੋ ਕਈ ਕਿਸਾਨ ਵੀਰ ਜਿਵੇਂ 1.5 ਕਿਲੋ ਵਰਤ ਰਿਆ ਜਾਂ 2 ਕਿਲੋ ਜਿਹੜੀ ਮੈਂ ਸਪਰਸ਼ ਕੀਤੀ ਸੀ ਉਦੇ ਵਾਸਤੇ ਪਾਣੀ ਕਿਸਾਨ ਵੀਰ ਕਈ ਵਾਰੀ ਸਪਰੇਅ ਦੇ ਵਾਸਤੇ ਜਿਹੜੀਆਂ ਮਿਕਸ ਸਪਰੇਆਂ ਵੀ ਆ 100 ਤੋਂ ਸਵਾ 100 ਲੀਟਰੀ ਪਾਣੀ ਤੁਸੀਂ ਵਰਤ ਰਹੇ ਹੋ ਕਿਸਾਨ ਵੀਰ 100 ਲੀਟਰੀ ਆਮ ਤਾਂ ਕਿਸਾਨ ਵੀਰ 4-5 ਪੰਪੰਜਣ ਵਾਲੇ ਮਸਾਲਾ ਲਾਉਂਦੇ ਆ ਉਹ ਤੁਹਾਡੀ ਸਭ ਤੋਂ ਵੱਡੀ ਗਲਤੀ ਹੈ ਜਦੋਂ ਆਪਾਂ ਸਪਰੇਅ ਕਰਨੀ ਆ ਕਿਉਂਕਿ ਇਹਦੇ ਵਿੱਚ ਉਲੀ ਨਾਸ਼ਕ ਵੀ ਹੈਗਾ ਉਹਦੇ ਵਿੱਚ ਨਿਊਟ੍ਰੀਐਂਟ ਵੀ ਆ ਉਹਦੇ ਵਿੱਚ ਜਿਹੜਾ ਹੈਗਾ ਕੀਟਨਾਸ਼ਕ ਵੀ ਤਿੰਨ ਸਪਰੇਆਂ ਤੁਸੀਂ ਜਿਹੜੀਆਂ ਮਿਕਸ ਕਰਕੇ ਕਰ ਸਕਦੇ ਹੋ ਵੱਖਰਾ-ਵੱਖਰਾ ਕੋਲ ਬਣਾਓ ਤੇ ਮੌਕੇ ਤੇ ਟੈਂਕ ਮਿਕਸ ਕਰਕੇ ਕਰ ਸਕਦੇ ਹੋ ਬਟ ਉਹਦੇ ਵਾਸਤੇ ਸ਼ਰਤ ਤੱਕ 150 ਲੀਟਰ ਤੋਂ ਪਾਣੀ ਵੱਧ ਲਗੇ ਜੇ ਜ਼ਿਆਦਾ ਪਲੱਸ ਜਿਹੜੀ ਸਪਰੇਅ ਦੇ ਵਿੱਚ ਵੀ ਡਿਲੀੂਸ਼ਨ ਵਧੂਗਾ ਉਹਦੇ ਨਾਲ ਜਿਹੜਾ ਹੈਗਾ ਇਹ ਸਮੱਸਿਆ ਜਿਹੜੀ ਸਾੜ ਵਾਲੀ ਘਟਦੀ ਹੈ ਕਿਉਂਕਿ ਸਰਫੇਸ ਏਰੀਆ ਸਪਰੇਅ ਨਾਲ ਜ਼ਿਆਦਾ ਕਵਰ ਹੋਊਗਾ ਤੇ ਉਹਦੇ ਨਾਲ ਜਿਹੜਾ ਹੈਗਾ ਸਪਰੇਅ ਪਤਲੀ ਹੋ ਜਾਂਦੀ ਜਦੋਂ ਪਾਣੀ ਜ਼ਿਆਦਾ ਪੈਂਦਾ ਸੋ ਇਸ ਇਹ ਜਿਹੜਾ ਪੁਆਇੰਟ ਹੈ ਇਤੋਂ ਅੱਗੇ ਹੈਗਾ ਕਿ ਕਈ ਕਿਸਾਨ ਵੀਰ ਆ ਜਿਹੜੇ ਉੱਲੀ ਨਾਸ਼ਕ ਦੀ ਕੱਲੀ ਸਪਰੇਅ ਕਰਦੇ ਜਾਂ ਦੋਦੇ ਨਾਲ ਕੀਟਨਾਸ਼ਕ ਪਾਉਂਦੇ ਉਹ ਵੀ 100 ਲੀਟਰ ਨਾਲ ਹੀ ਕਰ ਦਿੰਦੇ ਉੱਲੀ ਨਾਸ਼ਕ ਵਾਸਤੇ ਕਿਸਾਨ ਵੀਰੋ ਜਿਹੜਾ ਉੱਪਰ ਤੋਂ ਥੱਲੇ ਤੱਕ ਬੂਟੇ ਦੇ ਵਿੱਚ ਜਿਹੜੇ ਹੈਗੇ ਚੰਗੀ ਤਰ੍ਹਾਂ ਜਿਹੜਾ ਪਾਣੀ ਪੀਣਾ ਚਾਹੀਦਾ ਸਪਰੇਅ ਪੀਣੀ ਚਾਹੀਦੀ ਆ ਇਹਦੇ ਕਰਕੇ ਉੱਲੀ ਨਾਸ਼ਕ ਵਾਸਤੇ 150 ਲੀਟਰ ਤੋਂ ਉੱਪਰ ਪਾਣੀ ਪੀਣਾ ਚਾਹੀਦਾ 200 ਲੀਟਰ ਕਈ ਕਿਸਾਨ ਵੀਰ ਤਾਂ 150 ਤੋਂ ਪਾਣੀ 200 200 ਲੀਟਰ ਪਾਣੀ ਕਰ ਰਹੇ ਕ ਪਰ ਕਈ ਕਿਸਾਨ ਵੀਰ ਜਿਹੜੇ 100 ਲੀਟਰ ਦੇ ਨਾਲ ਹੀ ਜਿਹੜੀ ਸਪਰੇਅ ਕਰ ਦਿੰਦੇ ਉਹਦੇ ਨਾਲ ਸਾੜ ਪਾਣਾ ਹੀ ਪੈਣਾ ਹੈਗਾ ਇੱਕ ਹੈ ਸਪਰੇਅ ਪੰਪ ਦੀ ਚੋਣ ਵਿੱਚ ਕਿਸਾਨ ਵੀਰੋ ਸਪਰੇਅ ਪੰਪ ਆ ਜਿਹੜਾ ਜਿਹੜੀ ਆਪਾਂ ਕਣਕ ਝੋਨੇ ਤੇ ਸਪਰੇਅ ਪੰਪ ਵਰਤਨੇ ਹੁੰਦੇ ਉਹਨਾਂ ਦਾ ਪ੍ਰੈਸ਼ਰ ਜ਼ਿਆਦਾ ਨਹੀਂ ਚਾਹੀਦਾ ਆਪਾਂ ਜ਼ਿਆਦਾਤਰ ਪਾਵਰ ਸਪਰੇਅਰ ਵਰਤਦੇ ਆਂ ਚਾਹ ਇੰਜਣ ਵਾਲਾ ਚਾਹ ਟਰੈਕਟਰ ਵਾਲਾ ਸਭ ਤੋਂ ਵਧੀਆ ਜੇ ਤੁਸੀਂ ਪਰਫਾਰਮੈਂਸ ਲੈਣੀ ਹੈ ਹੈਂਡ ਪੰਪ ਨਾਲ ਜੇ ਤੁਹਾਡਾ ਰਗਵਾ ਜ਼ਿਆਦਾ ਕਿਸਾਨ ਵੀਰੋ ਬੈਟਰੀ ਵਾਲਾ ਪੰਪ ਹੈ ਕਿਉਂਕਿ ਇਹਨਾਂ ਦੀ ਜਿਹੜੀ ਹੈਗੀ ਪ੍ਰੈਸ਼ਰ ਘੱਟ ਹੈ ਤੇ ਪਾਣੀ ਦੀ ਬੂੰਦ ਆ ਜਿਹੜੀ ਥੋੜੀ ਜਿਹੀ ਮੋਟੀ ਹੁੰਦੀ ਬਿਲਕੁਲ ਬਰੀਕ ਨਹੀਂ ਹੁੰਦੀ ਥੋੜੀ ਜਿਹੀ ਉਹ ਮੋਟੀ ਹੁੰਦੀ ਕਿਉਂਕਿ ਜਿਆਦਾ ਜਿਹੜੀ ਹੈਗੀ ਆ ਡ੍ਰੌਪਲਟ ਭਾਰਾ ਨਹੀਂ ਚਾਹੀਦਾ ਮੋਟੀ ਬੂੰਦ ਨਹੀਂ ਚਾਹੀਦੀ ਪਾਣੀ ਦੀ ਕਿ ਉਹ ਸਪਰੇਅ ਕਰਨ ਸਾਰ ਹੀ ਥੱਲੇ ਨੂੰ ਢਿੱਗ ਪਵੇ ਥੋੜੀ ਜਿਹੀ ਬਰੀਕ ਤੋਂ ਥੋੜੀ ਜਿਹੜੀ ਹੈਗੀ ਮੋਟੀ ਬੂੰਦ ਚਾਹੀਦੀ ਆ ਸਲੋ ਜਿਹੜਾ ਪ੍ਰੈਸ਼ਰ ਜਿਹੜਾ ਲੋ ਪ੍ਰੈਸ਼ਰ ਚਾਹੀਦਾ ਬਹੁਤਾ ਜਿਆਦਾ ਪ੍ਰੈਸ਼ਰ ਨਹੀਂ ਚਾਹੀਦਾ ਇੰਜਨ ਵਾਲੇ ਪੰਪ ਦਾ ਪ੍ਰੈਸ਼ਰ ਬਹੁਤ ਜਿਆਦਾ ਹੈ ਜੇ ਉਹ ਸਿੱਧਾ ਫਸਲਾਂ ਨੂੰ ਮਾਰ ਦੇ ਤਾਂ ਤਾਂ ਬਿਲਕੁਲ ਹੀ ਜਿਵੇਂ ਪੱਤੇ ਪਾੜਦੇ ਆ ਜੇ ਉੱਪਰ ਨੂੰ ਕਰਦੇ ਆ ਤਾਂ ਉਹਦਾ ਜਿਹੜਾ ਹੈਗਾ ਅਸਰ ਪ੍ਰੋਪਰ ਨਹੀਂ ਮਿਲਦਾ ਹਵਾ ਦੇ ਵਿੱਚ ਜਿਹੜੀ ਡ੍ਰਿਫਟ ਜਿਆਦਾ ਹੋ ਜਾਂਦੀ ਕਿਉਂਕਿ ਬੰਬੂਨ ਦਾ ਬਹੁਤ ਜਿਆਦਾ ਬਰੀਕ ਹੁੰਦੀਆਂ ਪ੍ਰੈਸ਼ਰ ਜਿਆਦਾ ਕਰਕੇ ਸੋ ਇਹਦੇ ਕਰਕੇ ਤੁਸੀਂ ਹੱਥ ਵਾਲਾ ਪੰਪ ਜਾਂ ਬੈਟਰੀ ኦਪਰੇਟਿਡ ਪੰਪ ਪਹਿਲੇ ਨੰਬਰ ਤੇ ਵਰਤਣ ਦੀ ਕੋਸ਼ਿਸ਼ ਕਰੋ ਕਿਸਾਨ ਵੀਰੋ ਉਸ ਤੋਂ ਬਾਅਦ ਹੀ ਤੁਸੀਂ ਜਿਹੜਾ ਜੇ ਹੋਰ ਕੋਈ ਆਪਸ਼ਨ ਹੈ ਨਹੀਂ ਫਿਰ ਤੁਸੀਂ ਜਿਹੜਾ ਹੈਗਾ ਇੰਜਨ ਵਾਲਾ ਜਾਂ ਟਰੈਕਟਰ ਵਾਲਾ ਪੰਪ ਵਰਤ ਸਕਦੇ ਹੋ ਕਈ ਕਿਸਾਰ ਵੀ ਕਹਿੰਦਾ ਟਰੈਕਟਰ ਵਾਲੇ ਨਾਲ ਹੀ ਪਾਣੀ ਵਾਦ ਲਾਉਂਦੇ ਪਰ ਸਪਰੇਅ ਦਾ ਜਿਹੜਾ ਪ੍ਰੈਸ਼ਰ ਜ਼ਿਆਦਾ ਹੋਣ ਕਰਕੇ ਜੋ ਪੱਤਿਆਂ ਦੇ ਉੱਤੇ ਵਜਦੀ ਹੈ ਕਿਸਾਨ ਵੀਰ ਨੂੰ ਚਾਹੇ ਥੋੜਾ ਜਿਹਾ ਤਾਂ ਨਹੀਂ ਰੱਖ ਲਓ ਪਰ ਪ੍ਰੈਸ਼ਰ ਆ ਜਿਹੜਾ ਉਹ ਪੱਤਿਆਂ ਦੇ ਉੱਤੇ ਵਜਦਾ ਵਜਦਾ ਉਹਦੇ ਨਾਲ ਵੀ ਸਾੜ ਪੈਂਦਾ ਕਈ ਵਾਰ ਜਿਹੜੀ ਹੈਗੀ ਆ ਸਪਰੇਅ ਦਾ ਡਬਲ ਫੁਹਾਰਾ ਵੀ ਵਜਦਾ ਕਿਸਾਨ ਵੀਰ ਜਦੋਂ ਸਪਰੇਅ ਕਰਦੇ ਕਈ ਵਾਰ ਓਵਰਲੈਪਿੰਗ ਸਪਰੇਅ ਦੀ ਹੁੰਦੀ ਹੈ ਮੰਨ ਲਓ ਜੇ ਆਪਾਂ ਪੰਪ ਦੁਆਰਾ ਭਰਿਆ ਜਾਂ ਜਦੋਂ ਆਪਾਂ ਵਾਪਸੀ ਤੇ ਜਿਹੜਾ ਸਪਰੇਅ ਕਰਨ ਵਾਲਾ ਬੰਦਾ ਮੁੜਦਾ ਤਾਂ ਉੱਥੋਂ ਕਈ ਵਾਰੀ ਜਿਹੜਾ ਦੁਬਾਰਾ ਫੁਹਾਰਾ ਪ ਸੋ ਇਹੀ ਕਾਰਨ ਸੋ ਜਿਹੜੀ ਡਬਲ ਫਾਰਰੇ ਤੋਂ ਵੀ ਬਚਤ ਰੱਖੋ ਇਦੋਂ ਅਗੇ ਹੈ ਕਿਸਾਨ ਵੀਰੋ ਜਿਹੜਾ ਸਪਰੇਅ ਕਰਨ ਦਾ ਟਾਈਮ ਹੈ ਸਪਰੇਅ ਕੋਸ਼ਿਸ਼ ਕਰੋ ਸਵੇਰੇ ਜਾਂ ਸ਼ਾਮ ਨੂੰ ਕਰੋ ਕਿਉਂਕਿ ਦੁਪਹਿਰ ਵੇਲੇ ਹੁਣ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਜਦੋਂ ਹਾਈ ਟੈਂਪਰੇਚਰ 'ਚ ਤੁਸੀਂ ਸਪਰੇਅ ਕਰੋਗੇ ਪੱਤਿਆਂ ਦੀ ਜਿਹੜੀ ਸਤ੍ਹਾ ਉਹਦਾ ਟੈਂਪਰੇਚਰ ਵੀ ਜ਼ਿਆਦਾ ਹੁੰਦਾ ਉਦੋਂ ਸਪਰੇਅ ਕਰੋਗੇ ਤਾਂ ਉਹਦੇ ਉੱਤੇ ਸਾੜ ਪੈਣਾਂ ਸੁਭਾਅ ਕੀ ਹੈਗਾ ਸੋ ਲੋ ਟੈਂਪਰੇਚਰ ਸਵੇਰੇ ਜਾਂ ਸ਼ਾਮ ਨੂੰ ਜਦੋਂ ਹੁੰਦਾ ਸਵੇਰੇ ਜਿਹੜਾ ਹੈਗਾ ਸੂਰਜ ਚੜ੍ਹਨ ਤੋਂ 2-3 ਦਿਨ ਦੇ 2-3 ਘੰਟਿਆਂ ਦੇ ਅੰਦਰ ਅੰਦਰ ਸੌਰੀ 10 11 ਵਜੇ ਤੱਕ ਸਪਰੇਅ ਆਪਣੀ ਸਵੇਰੇ ਕਰਨ ਦੀ ਕੋਸ਼ਿਸ਼ ਕਰੋ ਤੇ ਸ਼ਾਮ ਨੂੰ ਜਿਹੜਾ ਹੈਗਾ ਸੂਰਜ ਛਪਣ ਤੋਂ 2 3 ਘੰਟੇ ਪਹਿਲਾਂ ਜਿਹੜੀ ਸਪਰੇਅ ਸ਼ੁਰੂ ਕਰ ਲਓ ਦੁਪਹਿਰ ਵਾਲੇ ਜਿਹੜਾ ਹਾਈ ਟੈਂਪਰੇਚਰ ਹੁੰਦਾ ਲੀਫ ਸਰਫਿਸ ਦਾ ਜਦੋਂ ਆਪਾਂ ਸਪਰੇਅ ਕੋਲੋਂ ਲਿਕਵਿਡ ਪਾਉਨੇ ਆ ਤਾਂ ਉਹਦੇ ਨਾਲ ਜਿਹੜਾ ਹੈਗਾ ਪੱਤਿਆਂ ਦੇ ਉੱਤੇ ਸਾੜ ਪੈ ਜਾਂਦਾ ਸੋ ਸਪਰੇਅ ਦਾ ਸਹੀ ਟਾਈਮ ਜਾਂ ਸਵੇਰੇ ਜਾਂ ਸ਼ਾਮ ਨੂੰ ਦੁਪਹਿਰ ਵਾਲੇ ਜਿਹੜੀ ਸਪਰੇਅ ਨਹੀਂ ਕਰਨੀ ਹੈਗੀ ਇਹਦੇ ਨਾਲ ਵੀ ਸਾੜ ਪੈਂਦਾ ਇਸ ਤੋਂ ਅੱਗੇ ਹੈ ਕਿਸਾਨ ਵੀਰੋ ਮੈਂ ਵੀਡੀਓ ਵੱਖਰੀ ਵੀ ਡਿਟੇਲ ਚ ਪਾਉਂਗਾ ਪਰ ਜਿਹੜੀ ਹੁਣ ਗੋਭ ਦੇ ਵਿੱਚ ਇਹਦੋਂ ਨਸਾਰਾ ਸ਼ੁਰੂ ਹੋ ਗਿਆ ਜਦੋਂ ਨਸਾਰਾ ਪੂਰਾ ਆ ਗਿਆ ਉਸ ਤੋਂ ਬਾਅਦ ਆਪਾਂ ਖੇਤ ਨੂੰ ਡਿਸਟਰਬ ਨਹੀਂ ਕਰਨਾ ਕਿਸਾਨ ਵੀਰੋ ਇਸ ਲਈ ਪਹਿਲਾਂ ਪਹਿਲਾਂ ਜਿਹੜੀਆਂ ਸਪਰੇਆਂ ਕੰਪਲੀਟ ਕਰ ਲਓ ਇਹਦੋਂ ਬਾਅਦ ਆਪਾਂ ਸਪਰੇਅ ਉਦੋਂ ਕਰ ਸਕਦੇ ਜਦੋਂ ਬੂਰ ਝੜ ਗਿਆ ਮਤਲਬ ਕਿ ਫਲਾਵਰਿੰਗ ਐਂਡ ਹੋ ਗਈ ਇਸ ਕਰਕੇ ਹੁਣ ਸਪਰੇਆਂ ਜਿਹੜੀਆਂ ਕਿਸਾਨ ਵੀਰਾਂ ਦਾ ਸਹੀ ਟਾਈਮ ਹੈ ਇਸ ਤੋਂ ਬਾਅਦ ਜੇ ਆਪਾਂ ਨਸਾਰਾ ਹੋਈ ਜਾਂਦਾ ਫਸਲ ਦੇ ਵਿੱਚ ਵੜਦੇ ਆ ਤਾਂ ਉਹਦੇ ਨਾਲ ਆਪਣਾ ਨੁਕਸਾਨ ਜ਼ਿਆਦਾ ਹੁੰਦਾ ਹੈਗਾ ਸੋ ਅਨਸਾਰਾ ਸ਼ੁਰੂ ਹੁੰਦੇ ਹੁੰਦੇ ਜਿਹੜਾ ਹੈਗਾ ਗੋਭ ਦੇ ਵਿੱਚ ਜਾਂ ਜਿਹੜਾ 5-7% ਅਨਸਾਰੇ ਤੇ ਆਪਾਂ ਸਭ ਰਿਆਂ ਆਪਣੀਆਂ ਖਤਮ ਕਰ ਲਈਏ ਇਦੋਂ ਬਾਅਦ ਜਿਹੜਾ ਆਪਾਂ ਖੇਤ ਡਿਸਟਰਬ ਨਹੀਂ ਕਰਨਾ ਜਿਹੋ ਤੱਕ ਜਿਹੜਾ ਹੈਗਾ ਫਲਾਵਰਿੰਗ ਐਂਡ ਨਹੀਂ ਹੁੰਦੀ ਹੋਰ ਕੋਈ ਸਵਾਲ ਹੋਵੇ ਕਮੈਂਟ ਹੋਵੇ ਜਰੂਰ ਦੱਸਿਓ ਵੀਡੀਓ ਵੱਤ ਵਤ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੁਹਾਡਾ ਬਹੁਤ ਬਹੁਤ